ਬੀਤੇ ਕੱਲ ਪੰਜਾਬ ਦੇ ਚੋਣ ਨਤੀਜਿਆਂ ਨੇ ਸਭ ਨੂੰ ਕਾਫੀ ਹੈਰਾਨ ਕੀਤਾ ਹੈ ਤੇ ਇੱਕ ਹੋਰ ਸੀਟ ਮੰਨੀ ਜਾਣ ਵਾਲੀ ਖਡੂਰ ਸਾਹਿਬ ਦੀ ਸੀਟ ਦੇ ਤਾਂ ਕਾਫੀ ਚਰਚੇ ਰਹੇ ਨੇ ਜੀ। ਬਿਲਕੁਲ, ਇੱਕ ਚਰਚੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ ਕਰਵਾਏ ਸੀ ਤੇ ਦੂਜੇ ਚਰਚੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਅੰਮ੍ਰਿਤਪਾਲ ਦੀ ਜਿੱਤ ਤੇ ਪੰਜਾਬ ਪੁਲਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਇੱਕ ਦੂਜੇ ਨਾਲ ਪੈਸਿਆਂ ਦਾ ਲੈਣ ਦੇਣ ਕਰ ਰਹੇ ਨੇ। ਇਸ ਵੀਡੀਓ ਦੀ ਅਸਲ ਸੱਚਾਈ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਇਹ ਵੀਡੀਓ ਉਹ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਤਾਂ ਕੁਝ ਪੁਲਿਸ ਮੁਲਾਜ਼ਮਾਂ ਨੇ ਆਪਸ ਦੇ ਵਿੱਚ ਸ਼ਰਤ ਲਗਾਈ ਸੀ ਕਿ ਕੌਣ ਜਿੱਤਦਾ ਤੇ ਕੌਣ ਹਾਰਦਾ, ਤੇ ਇਸੇ ਵਿਚਾਲੇ ਜਦੋਂ ਜਿੱਤ ਦਾ ਐਲਾਨ ਹੋ ਜਾਂਦਾ ਹੈ ਤਾਂ ਹਾਰਨ ਵਾਲੇ ਪੁਲਿਸ ਮੁਲਾਜ਼ਮ ਵੱਲੋਂ ਦੂਜੇ ਪੁਲਿਸ ਮੁਲਾਜ਼ਮ ਨੂੰ 10,000 ਰੁਪਏ ਦਿੱਤੇ ਜਾਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਖਡੂਰ ਸਾਹਿਬ ਦੀ ਇਹ ਵੀਡੀਓ ਹੈ ਜਿੱਥੇ ਪੁਲਿਸ ਮੁਲਾਜ਼ਮ ਇੱਕ ਦੂਜੇ ਨੂੰ ਪੈਸੇ ਦਿੰਦੇ ਨਜ਼ਰ ਆ ਰਹੇ ਨੇ। ਇਹ ਅੰਮ੍ਰਿਤਪਾਲ ਦੇ ਚੋਣਾਂ ਦੇ ਵਿੱਚ ਜਿੱਤ ਹਾਰ ਨੂੰ ਲੈ ਕੇ ਲਗਾਈ ਗਈ ਸ਼ਰਤ ਸੀ ਜਿਸ ਦੇ ਵਿੱਚ 10,000 ਰੁਪਏ ਰੱਖੇ ਗਏ ਸੀ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਹਾਰਨ ਵਾਲੇ ਤੋਂ ਜਿੱਤਣ ਵਾਲੇ ਨੂੰ 10,000 ਰੁਪਏ ਦਿੱਤੇ ਗਏ ਨੇ। ਤੁਸੀਂ ਪਹਿਲਾਂ ਵੀਡੀਓ ਦੇਖੋ। ਅੱਜ ਬੜੇ ਅੱਜ ਬੜਾ ਵਧੀਆ ਦੇਣੇ ਆ, ਵਧੀਆ ਦੇਣੇ ਆ ਜੋ ਕਿ ਭੁਪਿੰਦਰ ਸਿੰਘ 10,000 ਰੁਪਇਆ ਜੇਤੂ ਗਏ ਨੇ। ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਤੇ 10,000 ਰੁਪਇਆ ਦੇ ਰਹੇ ਨੇ। ਵੀਡੀਓ ਬਣਾਉਣ ਵਾਲੇ ਦਾ ਸਾਫ ਕਹਿਣਾ ਹੈ ਕਿ ਅੱਜ ਦਾ ਦਿਨ ਬਹੁਤ ਚੰਗਾ ਹੈ ਤੇ ਭੁਪਿੰਦਰ ਸਿੰਘ 10,000 ਰੁਪਏ ਦੇ ਜੇਤੂ ਰਹੇ ਨੇ। ਅੰਮ੍ਰਿਤਪਾਲ ਸਿੰਘ ਦੇ ਜੇਤੂ ਰਹਿਣ ਕਾਰਨ ਅੰਗਰੇਜ਼ ਸਿੰਘ ਬਹੁਤ ਬੁਰੀ ਤਰ੍ਹਾਂ ਹਾਰ ਕੇ 10,000 ਰੁਪਏ ਦੇ ਰਹੇ ਨੇ ਜੀ। ਬਿਲਕੁਲ, ASI ਰੈਂਕ ਦੇ ਇਹ ਅਧਿਕਾਰੀ ਨੇ ਜੋ ਚੋਣਾਂ ਦੇ ਨਤੀਜਿਆਂ ਦੀ ਡਿਊਟੀ ਤੇ ਤਾਇਨਾਤ ਸੀ, ਜਿਨ੍ਹਾਂ ਨੇ ਆਪਸ ਦੇ ਵਿੱਚ ਸ਼ਰਤ ਲਗਾਈ ਸੀ ਅੰਮ੍ਰਿਤਪਾਲ ਸਿੰਘ ਦੀ ਜਿੱਤ ਹਾਰ ਨੂੰ ਲੈ ਕੇ, ਤੇ ਹੁਣ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਲੈਣ ਦੇਣ ਕਰ ਰਹੇ ਨੇ ਪੈਸਿਆਂ ਦਾ, ਜਿੱਤ ਹਾਰ ਦੀ ਸ਼ਰਤ ਦੇ ਪੈਸਿਆਂ ਦਾ ਇੱਕ ਦੂਜੇ ਨਾਲ 10,000 ਰੁਪਏ ਦਾ ਲੈਣ ਦੇਣ ਕਰ ਰਹੇ ਨੇ ਤੇ ਨਾਲ ਹੀ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਨੇ। ਅੱਜ ਬੜਾ ਵਧੀਆ ਦੇਣੇ ਆ ਜੋ ਕਿ ਭੁਪਿੰਦਰ ਸਿੰਘ 10,000 ਰੁਪਇਆ ਜੇਤੂ ਗਏ ਨੇ। ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਤੇ 10,000 ਰੁਪਇਆ ਦੇ ਰਹੇ ਨੇ। ਬੀਤੇ ਕੱਲ ਪੰਜਾਬ ਦੇ ਚੋਣ ਨਤੀਜਿਆਂ ਨੇ ਸਭ ਨੂੰ ਕਾਫੀ ਹੈਰਾਨ ਕੀਤਾ ਹੈ ਤੇ ਇੱਕ ਹੋਰ ਸੀਟ ਮੰਨੀ ਜਾਣ ਵਾਲੀ ਖਡੂਰ ਸਾਹਿਬ ਦੀ ਸੀਟ ਦੇ ਤਾਂ ਕਾਫੀ ਚਰਚੇ ਰਹੇ ਨੇ ਜੀ। ਬਿਲਕੁਲ, ਇੱਕ ਚਰਚੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ ਕਰਵਾਏ ਸੀ ਤੇ ਦੂਜੇ ਚਰਚੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਅੰਮ੍ਰਿਤਪਾਲ ਦੀ ਜਿੱਤ ਤੇ ਪੰਜਾਬ ਪੁਲਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਇੱਕ ਦੂਜੇ ਨਾਲ ਪੈਸਿਆਂ ਦਾ ਲੈਣ ਦੇਣ ਕਰ ਰਹੇ ਨੇ। ਇਸ ਵੀਡੀਓ ਦੀ ਅਸਲ ਸੱਚਾਈ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਇਹ ਵੀਡੀਓ ਉਹ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੁੰਦੀ ਹੈ ਤਾਂ ਕੁਝ ਪੁਲਿਸ ਮੁਲਾਜ਼ਮਾਂ ਨੇ ਆਪਸ ਦੇ ਵਿੱਚ ਸ਼ਰਤ ਲਗਾਈ ਸੀ ਕਿ ਕੌਣ ਜਿੱਤਦਾ ਤੇ ਕੌਣ ਹਾਰਦਾ, ਤੇ ਇਸੇ ਵਿਚਾਲੇ ਜਦੋਂ ਜਿੱਤ ਦਾ ਐਲਾਨ ਹੋ ਜਾਂਦਾ ਹੈ ਤਾਂ ਹਾਰਨ ਵਾਲੇ ਪੁਲਿਸ ਮੁਲਾਜ਼ਮ ਵੱਲੋਂ ਦੂਜੇ ਪੁਲਿਸ ਮੁਲਾਜ਼ਮ ਨੂੰ 10,000 ਰੁਪਏ ਦਿੱਤੇ ਜਾਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਖਡੂਰ ਸਾਹਿਬ ਦੀ ਇਹ ਵੀਡੀਓ ਹੈ ਜਿੱਥੇ ਪੁਲਿਸ ਮੁਲਾਜ਼ਮ ਇੱਕ ਦੂਜੇ ਨੂੰ ਪੈਸੇ ਦਿੰਦੇ ਨਜ਼ਰ ਆ ਰਹੇ ਨੇ। ਇਹ ਅੰਮ੍ਰਿਤਪਾਲ ਦੇ ਚੋਣਾਂ ਦੇ ਵਿੱਚ
ਜਿੱਤ ਹਾਰ ਨੂੰ ਲੈ ਕੇ ਲਗਾਈ ਗਈ ਸ਼ਰਤ ਸੀ, ਜਿਸ ਦੇ ਵਿੱਚ 10,000 ਰੁਪਏ ਰੱਖੇ ਗਏ ਸੀ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਹਾਰਨ ਵਾਲੇ ਤੋਂ ਜਿੱਤਣ ਵਾਲੇ ਨੂੰ 10,000 ਰੁਪਏ ਦਿੱਤੇ ਗਏ ਨੇ। ਤੁਸੀਂ ਪਹਿਲਾਂ ਵੀਡੀਓ ਦੇਖੋ। ਅੱਜ ਬੜੇ ਅੱਜ ਬੜਾ ਵਧੀਆ ਦੇਣੇ ਆ, ਵਧੀਆ ਦੇਣੇ ਆ, ਜੋ ਕਿ ਭੁਪਿੰਦਰ ਸਿੰਘ 10,000 ਰੁਪਇਆ ਜਿੱਤੂ ਗਏ ਨੇ। ਭਾਈ ਅਮਰਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਤੇ 10,000 ਰੁਪਇਆ ਦੇ ਰਹੇ ਨੇ। ਵੀਡੀਓ ਬਣਾਉਣ ਵਾਲੇ ਦਾ ਸਾਫ ਕਹਿਣਾ ਹੈ ਕਿ ਅੱਜ ਦਾ ਦਿਨ ਬਹੁਤ ਚੰਗਾ ਹੈ ਤੇ ਭੁਪਿੰਦਰ ਸਿੰਘ 10,000 ਰੁਪਏ ਦੇ ਜੇਤੂ ਰਹੇ ਨੇ। ਅੰਮ੍ਰਿਤਪਾਲ ਸਿੰਘ ਦੇ ਜੇਤੂ ਰਹਿਣ ਕਾਰਨ ਅੰਗਰੇਜ਼ ਸਿੰਘ ਬਹੁਤ ਬੁਰੀ ਤਰ੍ਹਾਂ ਹਾਰ ਕੇ 10,000 ਰੁਪਏ ਦੇ ਰਹੇ ਨੇ ਜੀ। ਬਿਲਕੁਲ, ASI ਰੈਂਕ ਦੇ ਇਹ ਅਧਿਕਾਰੀ ਨੇ ਜੋ ਚੋਣਾਂ ਦੇ ਨਤੀਜਿਆਂ ਦੀ ਡਿਊਟੀ ਤੇ ਤਾਇਨਾਤ ਸੀ, ਜਿਨ੍ਹਾਂ ਨੇ ਆਪਸ ਦੇ ਵਿੱਚ ਸ਼ਰਤ ਲਗਾਈ ਸੀ ਅੰਮ੍ਰਿਤਪਾਲ ਸਿੰਘ ਦੀ ਜਿੱਤ ਹਾਰ ਨੂੰ ਲੈ ਕੇ, ਤੇ ਹੁਣ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਲੈਣ ਦੇਣ ਕਰ ਰਹੇ ਨੇ ਪੈਸਿਆਂ ਦਾ, ਜਿੱਤ ਹਾਰ ਦੀ ਸ਼ਰਤ ਦੇ ਪੈਸਿਆਂ ਦਾ ਇੱਕ ਦੂਜੇ ਨਾਲ 10,000 ਰੁਪਏ ਦਾ ਲੈਣ ਦੇਣ ਕਰ ਰਹੇ ਨੇ ਤੇ ਨਾਲ ਹੀ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਨੇ। ਅੱਜ ਬੜਾ ਵਧੀਆ ਦੇਣੇ ਜੋ ਕਿ ਭੁਪਿੰਦਰ ਸਿੰਘ 10,000 ਰੁਪਇਆ ਜੇਤੂ ਗਏ ਨੇ। ਭਾਈ ਅਮਰਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਤੇ 10,000 ਰੁਪਇਆ ਦੇ ਰਹੇ ਨੇ।